ਲੈ ਵੀ ਦੋਸਤੋ ਬੱਬੀ ਬੱਕਰੀ ਵੇਚਣ ਲੱਗਾ ਸੂਜਲਾ ਬੱਕਰਾ ਬਾਪੂ ਚੰਗੀ ਤਰ੍ਹਾਂ ਆਇਆ ਜਮਾ ਤਸੱਲੀ ਕਰਾਲਾ ਬਾਪੂ ਉਦਨ ਹੋ ਜਾ ਬਾਪੂ ਉਦਨ ਹੋ ਜਾ ਸਰਕਾਰ ਨੂੰ ਬੇਨਤੀ ਕਰਦੇ ਵੀ ਬੰਦ ਕੀਤੀਆਂ ਜਾਣ ਕੀ ਮੁੱਲ ਕਰਦਾ ਮੁੱਲ ਤਾਂ 30,000 ਹੈ ਕੀ ਦੰਦ ਆ ਚਾਰ ਦੰਦ ਮਗਰ ਕੀ ਇਹਦੇ ਮਗਰ ਬੱਚਾ ਮਗਰ ਦੋਸਤੋ ਬੱਚਾ ਬਾਪੂ ਹੋ ਜਾ ਪੈਂਤਰੇ ਤੂੰ ਵੀ ਸੌਦਾ ਤੂੰ ਕਰਾਉਣਾ ਜੇ ਰਹਿ ਫੇਰ ਬਾਪੂ ਬਾਪੂ ਸੌਦਾ ਕਰਾਊਗਾ ਘੁੰਮੇ ਤੂੰ ਉਹ ਕੰਮ ਫੇਰ ਕਰ ਜਾ ਮੰਗਲੇ 30,000 ਰੁਪਿਆ ਚਾਰ ਦਾਨਾ ਬਾਈ ਹਾਂ ਬੱਕਰੀ ਦੀ ਕੁਆਲਿਟੀ ਦੇਖ ਲੋ ਸੁਨਿਆਰੇ ਵਾਲੀ ਸੱਟ ਨਾਲ ਨੀ ਹੋਣੀ ਸਾਢੇ 16 ਦੀ ਨਹੀਂ ਪੱਕੇ ਪੱਕੇ ਰੁਪਏ ਲਾ ਕੇ ਮੰਗ ਯਾਰ ਮਾਲ ਮਿਲੇ ਨਾ ਬਾਪੂ ਤੈਨੂੰ ਕੀ ਬਾਈ ਪਿੱਛੇ ਨੂੰ ਹੋਇਆ ਪਿੱਛੇ ਬਾਈ ਪਿੱਛੇ ਨੂੰ ਹੋਇਆ ਮੰਡੀ ਸੂਰਿਆ ਦੇ ਵਿੱਚ ਬੱਕਰੀ ਦਾ ਬਹੁਤ ਜ਼ੋਰ ਲੱਗਿਆ ਬੱਕਰੀ ਖੋਲ ਕੇ ਲੈ ਗਏ ਪਹਿਲਾਂ ਹੀ ਵੇਖੋ ਤੁਸੀਂ ਬੱਕਰੀ ਦੇਖਦੇ ਦੋਸਤੋ ਮੁੰਡਾ ਬਹੁਤ ਜ਼ਬਰਦਸਤ ਸੀਗਾ ਜਿਹਨੂੰ ਦਿੱਤੀ ਆ ਤੂੰ ਉਹ ਵੀ 400 ਬਚਾਇਆ ਉਹ ਵੀ 400 ਬਚਾਇਆ ਬਾਪੂ ਨੇ ਵੀ 400 ਬਚਾਇਆ ਕੱਲ ਵੀ ਪਰਸੋਂ ਵੀ ਪਾਠ 500 ਨਫੇ ਨਾਲ ਦਿੱਤੀ ਹੈ ਅੱਜ ਉਸ ਬੰਦੇ 1,000 ਰੁਪਏ ਨੂੰ ਮੰਨ ਲਾ ਵੀ ਕਹਿਣੇ ਆ ਅਗਰ ਨਹੀਂ ਦਿੰਦਾ ਆਪਾਂ ਨੀ ਸੋਚਦੇ ਵੀ ਚੱਲ ਯਾਰ ਬੰਦੇ ਨੇ ਵੇਚਣੀ ਆ
ਬਾਈ ਯਾਰ ਅਗਲਾ 1000 ਲਵੇ ਆਪਾਂ 500 ਲੈ ਲੈ ਬਾਈ ਗੱਲ ਇੱਕ ਹੋਰ ਸੁਣ ਲਓ ਹੋਰ ਵੀ ਵਪਾਰੀ ਸੁਣਦੇ ਹੋਣਗੇ ਵੀ ਜਿਹੜੀ ਪਾਠਾ ਜਾਂ ਬੱਕਰੀ ਇਹਦੇ ਚ 1000-500 ਰੁਪਿਆ ਨਫਾ ਬਹੁਤ ਹੁੰਦਾ ਜੇ ਤੂੰ ਉਹਨੂੰ ਨਫਾ ਛੱਡ ਕੇ ਦਿੱਤੀ ਆ ਰੋਟੀ ਛੱਡ ਕੇ ਦਿੱਤੀ ਆ ਬੱਕਰੀ ਲਗਿਆ ਮੈਥੋਂ ਤੇ ਉਹ ਤੇ ਉਹ ਨਫੇ ਦੇ ਕੇ ਗਈਆਂ ਤਾਂ ਲੈ ਕੇ ਆਇਆ ਤੇਰੇ ਕੋਲ ਫੇਰ ਵੀ ਆਊਗਾ ਆਇਆ ਫੇਰ ਆਇਆ ਜੇ ਤੇਰੇ ਕੋਲ ਆਇਆ ਟਿਕ ਕੇ ਲਾਏ ਪੈਸੇ ਹੁਣ ਚੱਲ 500 ਰੁਪਿਆ ਤੈਨੂੰ ਨਫਾ 400 ਬਚ ਗਿਆ ਤੈਨੂੰ ਬਹੁਤ ਆ ਬਾਬੇ ਨੂੰ 5,000 ਦੀਆਂ ਸੱਟਾਂ ਆ ਗਿਆ ਬਾਬਾ ਕਿੱਥੇ ਸੀ ਇਹ ਬਾਬਾ ਆ ਗਿਆ 5,000 ਦੀਆਂ ਸੱਟਾਂ ਮਾਰਨਾ ਅੱਛਾ ਅੱਛਾ ਧੰਨਵਾਦ ਬਾਈ ਤੇਰਾ ਸੌਦਾ ਕਰ ਲਈ ਵਾਹ ਜੀ ਵਾਹ ਮਿਹਰਬਾਨੀ ਜੀ।